अस्सलाम वालेकुम मेजी के फार्म आप तो शामदीद कहते हैं उम्मीद है सब भाई हरीफ से होंगे तो आज आपके सामने एक नई वीडियो लेकर हाज़िर हुए हैं तो हमारी ये वीडियो का हमने देख के आपको पता चल गया होगा कि आज हम हिसल बकरियों के बारे में वीडियो बनाने लगे तो हैं तो उम्मीद है हमारी वीडियो जो है ना वो सब भाइयों को पसंद आएगी आज फिर हम अब्दुलरहमान भाई के पास आए हुए हैं तो इनसे गपशप भी करेंगे और बाकी बकरियाँ भी इनकी देखेंगे और बकरियों के रेट भी पता करेंगे जिन जिन भाइयों को बकरियाँ चाहिए वो हमसे रब्ता भी कर सकते हैं ये देख लें माशा जबरदस्त शौक है इनका तो चलें इनसे गपश करते हैं वालेकुम जी वालेकुम अनाब खैरियत है ठीक हो अ शुक्र है जी अच्छा ये गलत दसो कि बकरिया सारिया तो सही जी जी सही है कितना अरसा हो बकरियाँ रखे हैं सरकार बकरियाँ बकरियाँ है रखी हैं तकरीबन भी साल हुई अच्छा अच्छा ये गल दसो सारिया बकरियाँ तुम अपनिया या और संगी भी ਪਾਏ ਦੋਸਤ ਹੈ ਮਾੜਾ ਦਨਾਨ ਨਾਇਸ ਦਾਨੀ ਉਰਫ ਦਾਨੀ ਤੇ ਅਸੀਂ ਭਾਈ ਵੀ ਆ ਦੋਸਤ ਵੀ ਆ ਸਮਝੇ ਨੂੰ ਬਿਲਕੁਲ ਬਿਲਕੁਲ ਅਸੀਂ ਬੜੇ ਬੰਦੇ ਜਾਣਦੇ ਤੇ ਅਸੀਂ ਇਕੱਠੇ ਜਿਹੜਾ ਕੰਮ ਕਰ ਰਹੇ ਆ ਇਕੱਠੇ ਕਰਨੇ ਆ ਠੀਕ ਹੈ ਤੇ ਇਸਲਾਮ ਆਸਾਂ ਆਸਾ ਹੀ ਹੋਣੇ ਨਿੱਕਾ ਭਾਈਏ ਕੋਨੋਂ ਹੋਣਾ ਹੁੰਦਾ ਮੈਂ ਹਾਂ ਅੱਛਾ ਤੇ ਤੁਸਾਂ ਸਮਝਾ ਰਿਹਾ ਹੋ ਜੀ ਜੀ ਸਹੀ ਹੈ ਤੇ ਬਹੁਤ ਮਾਸ਼ਾਅੱਲਾ ਜ਼ਬਰਦਸਤ ਬੱਕਰੀਆਂ ਤੇ ਅਸੀਂ ਕੋਈ ਬੱਕਰੀਆਂ ਦੱਸੋ ਨਾ ਤੇ ਕੁਝ ਬੰਦੇ ਬੱਕਰੀਆਂ ਚਾਹ ਨਹੀਂ ਆਉਣੀਆਂ ਨਾ ਤੇ ਕੋਈ ਸ਼ੋਅ ਕਰਾਓ ਤਾਂ ਕਿ ਪਤਾ ਲੱਗਾ ਕਿਹੜੀ ਕਿਹੜੀ ਬੱਕਰੀਆਂ ਸਾਂ ਰੱਖੀਆਂ ਤੇ ਕਿਆ ਕੁਝ ਕੀਮਤ ਹੈ ਇਹਨਾਂ ਦੀ ਇਹ ਲਵੀ ਐ ਸੀ ਗੱਬਨ ਐ ਜਾਂ ਹਾਲੀ ਐ ਇਹ ਪਾਈ ਐ ਵਕਤੀ ਤੇ ਹਾਲੀ ਐ ਅੱਛਾ ਤੇ ਇਹ ਮਾਸ਼ਾਅੱਲਾ ਇਹ ਬਰੀਡਰ ਵੀ ਤੁਸਾਂ ਨਾ ਜੀ ਜੀ ਬਰੀਡਰ ਆਪਣਾ ਜ਼ਬਰਦਸਤ ਹੈ ਯਾਰ ਸਤ ਉਸੇ ਬਾਦ ਇਹ ਤੇਲੀ ਪਾਠ ਜਿਹੜੀ ਇਸਨੇ ਕਹ ਕਿ ਕੀ ਜਮਤ ਹੈ ਇਹ ਤੇਲੀ ਪਾਠ ਸਰਕਾਰ ਤੁਸਾਂ ਲੱਭੀ ਜਸੀ 70000 ਰੁਪਏ ਉਹ ਜਿਹੜੀ ਹੈ ਜੀ ਸਹੀ ਹੈ ਮਾਸ਼ਾ ਅੱਲਾ ਜੀ ਸੋਹਣੀ ਹੈ ਤੇ ਇਹ ਬਰੀਡਰ ਹੈ ਤਾਂ ਇਹ ਮਾਰਨਾ ਖਾਣਾ ਵੀ ਆ ਬੰਦੇ ਕਿ ਨਹੀਂ ਸਰਕਾਰ ਨਹੀਂ ਮਾਰਨਾ ਜਿਸ ਲੈ ਕੋਈ ਉਪਰਾ ਬੰਦਾ ਹੋਣਾ ਉਸਨੇ ਨਾਲ ਖੇਡ ਖੁਲ ਕਰਨਾ ਵੈਸੇ ਮਾਰਨਾ ਨਹੀਂ ਹੈ ਮਾਰਨਾ ਨਹੀਂ ਹੈ ਚਲੋ ਠੀਕ ਹੈ ਜੀ ਸਹੀ ਹੋਇਆ ਤਾਂ ਇਹ ਵੀ ਤੋਂ ਬਰੀਡਰ ਹੈ ਸਰਕਾਰ ਇਹ ਵੀ ਬਰੀਡਰ ਹੈ ਪੱਠਾ ਅੱਛਾ ਇਹ ਅਦਨਾਨ ਨਾ ਬਰੀਡਰ ਹੈ ਇਹ ਇਹ ਅਦਨਾਨ ਹੋਰ ਨਾ ਤੇ ਦੋਏ ਪੱਠੇ ਮਾਸਟਰ ਅਨਸਾਰ ਹੋਣ ਇਹਨਾਂ ਦੀ نسل ਵਿੱਚ ਹੋਣ ਜ਼ਬਰਦਸਤ ਹੈ ਯਾਰ ਤੇ ਇਸ ਨੇ ਵਿੱਚ ਬੱਕਰੀਆਂ ਵੀ ਕੁਝ ਹਨ ਜਿਹੜੇ ਮਾਸਟਰ ਅਨਸਾਰ ਹੋਣ ਦੀ ਬਰੀਡ ਵਿੱਚ ਹੋਣ ਸਹੀ ਹੈ ਠੀਕ ਹੈ ਉਹ ਕਿਹੜੀ ਕਿਹੜੀਆਂ ਬੱਕਰੀਆਂ ਨਾਲ ਆ ਇਹ ਇੱਕ ਇਹ ਬੱਕਰੀ ਆ ਉੱਪਰ ਉਹ ਜਿਹੜੀ ਉੱਪਰ ਬੱਕਰੀ ਆ ਇਹ ਇਹ ਲੁੰਡੇ ਵਾਲਾ ਜਿਹੜਾ ਉਸ نسل ਵਿੱਚ ਹੈ ਬਾਕੀ ਪਹਿਲਵਾਨ ਮਨਜ਼ੂਰ ਸਾਹਿਬ ਜੀ ਉਸ ਤੋਂ ਬਾਅਦ ਉਹ ਪਿੱਛੇ ਆ ਉਹ ਪਿੱਛੇ ਉਹ ਮਾਸਟਰ ਸਾਰੋਂ ਨੇ ਨਸਲ ਚ ਆ ਚਲੋ ਅਸਾਂ ਉੱਪਰ ਹੋਏ ਤੱਕ ਆਣਾ ਛੇ ਤੋਂ ਸਾਰੋਂ ਨੇ ਨਸਲ ਚ ਆ ਉਹ ਪਾਠ ਜਿਹੜੀ ਬੁਨੇ ਜਾ ਰਹੀ ਠੀਕ ਹੈ ਤੇ ਉਹ ਮਿੱਠੂ ਆ ਮਿੱਠੂ ਉਸ ਨੇ ਨਸਲ ਚ ਆ ਉਹ ਜਿਹੜੀ ਡੱਬੀ ਜੀ ਆ ਉਹ ਜਿਹੜੀ ਸ਼ੇਰੀ ਆ ਗਿਆ ਸ਼ੇਰੀ ਠੀਕ ਹੈ ਠੀਕ ਤੇ ਤਕਰੀਬਨ ਸਾਰੀਆਂ ਬਰੀਡਰੀਆਂ ਬੱਕਰੀਆਂ ਅਸਾਂ ਕੋਲ ਮੌਜੂਦ ਹਨ ਸਹੀ ਹੈ ਬਹੁਤ ਜ਼ਬਰਦਸਤ ਨਾ ਤਾਂ ਹੁਣ ਇਹਨਾਂ ਨੇ ਕੋਈ ਕੀਮਤਾ ਨਹੀਂ ਮਦਾ ਬਾਈ ਛੋੜੋ ਨੂੰ ਕੋਈ ਸੇਲਰੀ ਬੱਕਰੀਆਂ ਕਿਹੜੀਆਂ-ਕਿਹੜੀਆਂ ਤਾਂ ਹੋਈਆਂ ਸਰਕਾਰ ਜਿਸ ਕੀਮਤ ਤੇ ਬੱਕਰੀ ਜਿਸ ਚੈ ਨਹੀਂ ਉਸੇ ਲੱਭ ਸੀ ਸਾਰੀਆਂ ਵਿੱਚੋਂ ਜੀ ਹਾਂ ਜਿਸ ਕੀਮਤ ਤੇ ਜਿਸ ਚੈ ਨਹੀਂ ਉਸੇ ਲੱਭ ਸੀ ਬੱਕਰੀ ਯਾਨੀ ਇਸ ਅਸਾਂ ਬੱਕਰੀਆਂ ਦਸਨੇ ਪਿਆ ਅਨਸਾਰੇ ਤਾਂ ਕੋਈ ਵੀ ਕੁਸਾ ਬੰਦੇ ਕੀ ਬੱਕਰੀ ਪਸੰਦ ਨਹੀਂ ਆਣਾ ਉਹ ਬੱਕਰੀ ਦਾ ਸਕਰੀਨ ਸ਼ਾਟ ਕਿਨ ਹੈ ਜੀ ਜੀ ਤੁਸੀਂ ਨੰਬਰ ਸੈਂਡ ਕਰਾਇਆ ਤਾਂ ਇਨਸ਼ਾ ਅੱਲਾ ਉਹ ਚੀਜ਼ ਲੱਭੀ ਜਸੀ ਇਨਸ਼ਾ ਅੱਲਾ ਸਹੀ ਹੈ ਇਨਸ਼ਾ ਅੱਲਾ ਤੁਸੀਂ ਆਪਣਾ ਨੰਬਰ ਬੋਲੀ ਛੋੜੋ ਨੋ 0344 ਠੀਕ ਹੈ 9873771 ਤੇ ਮਾਸ਼ਾਅੱਲਾ ਇਹ ਪਾਠ ਜਿਹੜੀ ਇਹ ਕੁਸ ਨਹੀਂ ਆ ਇਹ ਵੀ ਮਾੜੀ ਹੈ ਸਰਕਾਰ ਠੀਕ ਹੈ ਤੇ ਇਸਨੇ ਕੋਈ ਕੀਮਤ ਹੈ ਇਹ ਸਰਕਾਰ ਇਹ ਕਿਸ ਨੇ ਨਾਲਾ ਨਹੀਂ ਪਾਠਾ ਤੁਸੀਂ 70000 ਨਹੀਂ ਲੱਭੀ ਜਿਵੇਂ ਇਹ ਪਾਠ ਲੱਖ ਰੁਪਏ ਵਿੱਚ ਲੱਭ ਸੀ ਅੱਛਾ ਤੇ ਇਹ ਬਹੁਤ ਅੱਛੀ ਨਸਲ ਹੋਇਆ ਬਹੁਤ ਅੱਛੀ ਕੁਆਲਟੀ ਨੇ ਪਾਠ ਹੈ ਬੀਤਲ ਨਾਲ ਸ਼ੌਕ ਹੋਇਆ ਭਾਈ ਕਰਨ ਦੇ ਬੀਤਲ ਚ ਕਿਆ ਕਿਆ ਚੀਜ਼ਾਂ ਤੱਕੀਆਂ ਜਾਈਆਂ ਜਾਣੀਆਂ ਸਰਕਾਰ ਬੀਤਲ ਨਾਲ ਨੱਕ ਤੱਕ ਜਾਣਾ ਸਿੰਘ ਪਿੱਛੇ ਤੱਕ ਜਾਣਾ ਬਗਲ ਤੱਕ ਹੋ ਠੀਕ ਹੈ ਐ ਪੁਸ਼ਰ ਤੱਕ ਹੋਇਆ ਬੱਲੀ ਤੱਕ ਹੋਇਆ ਸਹੀ ਹੈ ਠੀਕ ਹੈ ਮਾਸ਼ਾਅੱਲਾ ਜਬਰਦਸਤੀ ਦਰ ਮੀਹ ਹਲ ਸੋ ਇਹ ਸਾਰਾ ਸਾਲ ਸੋ ਇਸ ਤਰ੍ਹਾਂ ਮਤਲਬ ਇਸ ਇਲਾਕੇ ਚਾਰਨੇ ਹੋਇਆ ਹੀ ਨਹੀਂ ਹੋ ਰਿਹਾ ਸਰਦੀਆਂ ਚ ਕਿਆ ਕੋਈ ਖੁਰਾਕ ਦੇਣੀ ਹੋ ਸਰਕਾਰ ਇਹਨੇ ਚਾਰਨਾ ਵੀ ਆ ਬਰੇ ਜ਼ਿਆਦਾ ਹੈ ਕਿ ਇਹਨਾਂ ਨੂੰ ਬੰਡਾ ਛੰਡਾ ਪਾਇਆ ਜਾਣਾ ਸਹੀ ਹੈ ਤੇ ਹੋਰ ਐਕਸਟਰਾ ਚੀਜ਼ਾਂ ਕਾਫੀ ਹਨ ਜਿਹੜੀਆਂ ਨਹੀਂ ਦਿੱਤੀਆਂ ਜਾਣੀਆਂ ਵੈਸੇ ਲੱਤਾਂ ਬਈਆਂ ਸਿੱਧੀਆਂ ਕਰਨਾ ਸਹੀ ਨਹੀਂ ਖੋਲਿਆ ਜਾਣਾ ਕਿ ਚਲੋ ਥੋੜਾ ਬੋਤਾ ਬਾਕੀ ਚਰਨਾ ਸ਼ਰਨਾ ਬਹੁਤ ਕੰਮ ਹੀ ਆ ਜ਼ਿਆਦਾ ਆਪਣੇ ਕਿਲੇ ਪਰੀਆਂ ਜ਼ਿਆਦਾ ਖਾਣੀਆਂ ਜ਼ਿਆਦਾ ਕਿਲੇ ਪਰੀਆਂ ਜ਼ਿਆਦਾ ਕਿਲੇ ਪਰੀਆਂ ਦਾ ਗਤਾਵਾ ਵੀ ਖਾਣੀਆਂ ਉਸ ਤੋਂ ਬਾਅਦ ਪੱਤਰ ਵੀ ਖਾਣੀਆਂ ਤੁਸੀਂ ਜਿਹੜੀ ਚੀਜ਼ ਬਸ ਉਹ ਜਿਸ ਚੀਜ਼ਾ ਲਾਸੋ ਉਹ ਚੀਜ਼ ਖਾਸ ਨੇ ਜ਼ਬਰਦਸਤ ਹੋਈ ਆ ਤੇ ਮੇਰੀ ਗੱਲ ਦੱਸੋ ਹਾਂ ਇਹ ਜਿਸਾ ਲੋਕ ਕਾਰੋਬਾਰ ਕਰ ਰਹੇ ਤੁਸੀਂ ਕਾਰੋਬਾਰ ਕਰ ਰਹੇ ਹੋ ਕਾਫੀ ਅਰਸੇ ਤੋਂ ਅਦਨਾਨ ਭਾਈ ਨੇ ਉਹ ਵੀ ਕਾਫੀ ਅਰਸਾ ਰਹੇ ਹੁਣ ਅੱਜ ਕੱਲ ਉਹ ਜ਼ੋਦੇਰ ਬਣੇ ਨੇ ਮਾਸ਼ਾਅੱਲਾ ਸ਼ੌਕ ਉਹ ਵੀ ਕਰਨੇ ਤੇ ਇਸਨੇ ਜੀ ਮੁਨਾਫਾ ਨਹੀਂ ਕਿਹਾ ਕੋਈ ਐਵਰੇਜ ਆ ਮਤਲਬ ਕਿਤਨਾ ਦਾ ਮੁਨਾਫਾ ਬੰਦਾ ਸਾਲ ਅਜ ਬੱਕਰੀ ਕੋਲੋਂ ਅਸਲ ਕਰੀ ਸਕਾ ਸਰਕਾਰ ਇੱਕ ਬੱਕਰੀ ਨਹੀਂ ਤੁਸੀਂ ਮਿਹਨਤ ਕਰੋ 6 ਮਹੀਨੇ ਬਾਅਦ 5 ਮਹੀਨੇ ਬਾਅਦ ਬੱਕਰੀ ਸੋਣੀ ਠੀਕ ਹੈ ਤੇ 5 ਮਹੀਨੇ ਬਾਅਦ ਅਗਰ ਦੋ ਬੱਚੇ ਵੀ ਲੈ ਆਈ ਸ਼ੋਣੀ ਬੱਕਰੀ ਤੇ ਇਹ ਕੁਆਲਿਟੀ ਪਰ ਗੱਲ ਹੈ ਜਿਸ ਕੁਆਲਿਟੀ ਦੀ ਬੱਕਰੀ ਰੱਖਸੋ ਤੁਸੀਂ ਉਸ ਕੁਆਲਿਟੀ ਨਾਲ ਬੱਚਾ ਆਸੀ ਇੱਕ ਬੱਕਰੀ ਵੀ ਤੁਸੀਂ ਸਾਲਾ ਜੇ ਅਗਰ ਦੋ بار ਸੋਣੀ ਤੇ ਇਸ ਨਾਲ ਜਿਹੜੀ ਅੱਛੀ ਕੁਆਲਿਟੀ ਨਹੀਂ ਬકરી ਆ ਨਾ ਉਸ ਨਾਲ ਨਾਰਮਲ ਬੱਚਾ ਵੀ ਲੱਖ ਰੁਪਏ ਨਾ ਤੁਸੀਂ ਜੀ ਹਾਂ ਜਿਹੜੀ ਇਤਨੀ ਸੋ ਮਿਹਨਤ ਕਰਸੋ ਇਹ ਜਿਹੜਾ ਮੈਂ ਬਰੀਡਰ ਰੱਖਿਆ ਇਹ ਜ ਸਾਹਮਣੇ ਬੜਾ ਬਰੀਡਰ ਜਿਹੜਾ ਬੜਾ ਬਰੀਡਰ ਰੱਖਿਆ ਇਸ ਬਰੀਡਰ ਕੋਲ ਬਹੁਤ ਦੂਰ ਦੂਰ ਬکریاں ਇਸ਼ਨੀ ਆ ਠੀਕ ਹੈ ਠੀਕ ਹੈ ਬਹੁਤ ਬਰੀਡਿੰਗ ਅਸਟਾ ਕੋਈ ਚਾਹੀਦਾ ਉਹ ਬੰਦਾ ਰਾਬਤਾ ਕਰ ਸਕਣਾ ਬਰੀਡਿੰਗ ਅਸਟਾ ਜਿੱਥੋਂ ਜਿਸ ਜੜਾ ਬકરી ਲਵਾਉਣਾ ਚਾਹੇ ਉਹ ਲਵਾਈ ਸਕਣਾ ਬੜਾ ਬੜਾ ਦੂਰੂ ਬਲੰਦਰੀ ਤੁ ਬੜਾ ਬੜਾ ਦੂਰੂ ਬੱਕਰੀਆਂ ਇਸਨੇ ਮਾਰੇ ਬ੍ਰੀਡਰਾਂ ਨਾਲ ਸੁਵਾ ਬਹੁਤ ਅੱਛਾ ਹੈ ਇਹ ਮਾਸਟਰ ਅਨਸਾਰ ਉਹਨਾਂ ਦੇ ਬੜੇ ਕੱਕੇ ਬੱਕਰੇ ਦਾ ਪੁੱਤਰ ਹੈ ਸਹੀ ਹੈ ਤੇ ਮਾ ਵੀ ਮਾਸਟਰ ਅਨਸਾਰ ਉਹਨਾਂ ਕਰਾਨੀ ਜਾਂਦਾ ਹੈ ਬੱਕਰਾ ਪਿਓ ਵੀ ਮਾਸਟਰ ਅਨਸਾਰ ਉਹਨਾਂ ਕਰਨਾ ਹੈ ਕੀ ਜ਼ਬਰਦਸਤ ਹੈ ਯਾਰ ਤੇ ਇਹ ਬ੍ਰੀਡਰ ਜਿਹੜਾ ਇਸਨਾ ਹੈ ਬ੍ਰੀਡਰ ਜਿਹੜਾ ਇਸਨਾ ਤੇ ਸੁਵਾ ਇਸਨਾ ਇਤਨਾ ਜ਼ਬਰਦਸਤ ਹੈ ਆਪਣੇ ਤੋਂ ਵੱਧ ਸੁਵਾ ਮਾਰਨਾ ਜ਼ਬਰਦਸਤ ਹੈ ਤੰਮੀਗਲ ਦੇ ਸੋਕੇ ਆਮ ਬੱਕਰੀਆਂ ਨਾਲੋਂ ਮਤਲਬ ਹੋਰ ਮੁxtਲਫ ਨਸਲਾਂ ਮੱਖੀ ਚੀਨੀ ਹੋएगी ਸਾਈ ਵਾਲਨ ਹੋਈ ਅੰਮ੍ਰਿਤਸਰੀ ਜਿਹੜੀ ਬੀਤ ਲੈ ਉਹ ਵੀ ਉਹਨਾਂ ਦੀ ਬਹੁਤ ਜ਼ਿਆਦਾ ਇਤਨੀ ਕੀਮਤ ਨਹੀਂ ਹੋਣੀ ਇਹਨਾਂ ਦੀ ਕੀਮਤ ਜ਼ਿਆਦਾ ਕੀ ਹੋਣੀ ਹੈ ਸਰਕਾਰ ਇਹ ਬਲਵਾਲ ਹੈ ਬਲਵਾਲ ਦੀ ਕੀਮਤ ਸਾੜੇ ਕਸ਼ਮੀਰ ਵਿੱਚ ਤੇ ਬਹੁਤ ਜ਼ਿਆਦਾ ਹੈ ਠੀਕ ਹੈ ਇਸ ਹਰ ਬੰਦਾ ਪਸੰਦ ਕਰਨਾ ਸਹੀ ਹੈ ਹਰ ਬੰਦਾ ਇਸੇ ਪਸੰਦ ਕਰਨਾ ਹਰ ਬੰਦਾ ਬਲਵਾਲ ਪਸੰਦ ਕਰਨਾ ਸਾੜੇ ਇਲਾਕੇ ਚ ਖਾਸ ਕਰੇ ਮੱਖੀ ਚੀਨੀ ਤਾਂ ਦੂਸਰੀਆਂ ਬੱਕਰੀਆਂ ਨੇ ਕੀਮਤ ਕੋਈ ਨਹੀਂ ਇਹ ਮਸਦ ਨਹੀਂ ਨਿਆ ਜੀ ਸਾਢੇ ਲੱਖੇ ਚ 10 10 ਲੱਖ ਨਵੇਂ ਬਕਰਾਇਆ ਮਾਸ਼ਾਅੱਲਾ ਜ਼ਬਰਦਸਤ ਹੈ ਇਹ ਬਕਰੀਆਂ ਨੇ ਸੂਣੀਆਂ ਸਾਲਾ ਜੀ ਕਿਹ ਕਵਾਰੀ ਸਰਕਾਰ ਸਾਲਾ ਜੀ ਤੁਸੀਂ ਆਪਣੀ ਮਿਹਨਤ ਨਹੀਂ ਗੱਲ ਆ ਤੁਸੀਂ ਜਿੰਨੀ ਨੇ خدمت ਕਰਸੋ ਸਾਲਾ ਜੀ ਦੋ ਬਰੀ ਵੀ ਸੂਣੀਆਂ ਠੀਕ ਹੈ ਜਿੰਨੀ خدمت ਕਰਸੋ ਤੁਸੀਂ ਇਹ ਇਤਨਾ ਤੁਸੀਂ ਫਲ ਲਵਸੀ ਸਹੀ ਹੈ ਤੇ ਇਹ ਮਤਲਬ ਤੁਸੀਂ ਇਹ ਟੋਟਲ ਇਸਲਾ ਕਿੰਨੀਆਂ ਬਕਰੀਆਂ ਤੋਂ ਕੋਲ ਹੈ ਸਰਕਾਰ 10 ਬਕਰੀਆਂ ਮਾੜੀਆਂ ਤੇ 8-10 ਬੱਕਰੀਆਂ ਦੋਸਤ ਨਹੀਂ ਹਨ ਅਦਰਾਨ ਬਾਈ ਨਹੀਂ ਅਦਰਾਨ ਬਾਈ ਨਹੀਂ ਤਕਰੀਬਨ ਟੋਟਲ ਵੀ ਪੰਜੀ ਬੱਕਰੀਆਂ ਹਨ ਸਾਡੀਆਂ ਸਹੀ ਹੈ ਤੇ ਅਕਸਰ ਹੁਣ ਅੱਗੇ ਸਰਦੀਆਂ ਆਈਆਂ ਪਿਆ ਨਾ ਦੋਸਤ ਪਰੇਸ਼ਾਨ ਹੋਣੇ ਜੀ ਅਸਾਂ ਬੱਕਰੀਆਂ ਤੇ ਖਰੀਦੀ ਨਾ ਲੇਕਿਨ ਸਰਦੀਆਂ ਹੀ ਨਹੀਂ ਕਿਹਾ ਕੋਈ ਦਿਆਂ ਮਤਲਬ ਬੰਡੇਜ ਕਿਹਾ ਕੋਈ ਦਿਆਂ ਤੇ ਸਰਦੀਆਂ ਨੇ ਕਿਹਾ ਖੁਰਾਕ ਦੇਣੀ ਮਾਸ਼ਾਅੱਲਾ ਤੁਸੀਂ ਬੱਕਰੀਆਂ ਕਾਫੀ ਸਿਹਤਮੰਦ ਹਨ ਤੇ ਕਿਹਾ ਸਾਬਦਾ ਬੈ ਸਰਕਾਰ ਸਰਦੀਆਂ ਵਿੱਚ ਖੁਰਾਕ ਆਸਾਂ ਦੇ ਇਹ ਐਸਾ ਖੁਰਾਕ ਬਣਿਆ ਜਿਹੜਾ ਸਰਦੀਆਂ ਇਸ ਨੇ ਉਸ ਲਈ ਆ ਕਾ ਜ਼ਰਾ ਸਰਦੀ ਨਾਲ ਖਿਆਲ ਰੱਖਣਾ ਪੈਣਾ ਤੁਸੀਂ ਚੰਗੀ ਜਗ੍ਹਾ ਚੁਣੀ ਕਿਨੋ ਜਿੱਥੇ ਸਰਦੀ ਨਾ ਜਣੀ ਵਾ ਠੀਕ ਹੈ ਅੱਛੀ ਜਗ੍ਹਾ ਯਾਨੀ ਅੱਗੂ ਪਿੱਛੂ ਜਿੱਥੋਂ ਵਾਹਣੋ ਪੈਣੀ ਹੋਵੇ ਉੱਥੇ ਬੱਕਰੀਆਂ ਰੱਖੋ ਤੁਸੀਂ ਇਹ ਸਰਦੀਆਂ ਬਹੁਤ ਹੋਕੀ ਨਹੀਂ ਕਿਉਂਕਿ ਬਹੁਤ ਜ਼ਿਆਦਾ ਠੀ ਨਹੀਂ ਹੋਣੀ ਸਰਦੀ ਤੁਸਾਂ ਜਿੰਨਾ ਇਹਨੇ ਬਚਾ ਸੋ ਇਤਨੇ ਠੀਕ ਰਹਿਸਨ ਬੱਕਰੀ ਕੋਈ ਤਰੂਣੀ ਨਹੀਂ ਇਹ ਇਹ ਜੇ ਮਾਮਲਾਤ ਨਹੀਂ ਹੋਣੇ ਤੁਸੀਂ ਜਿੰਨੇ ਵੀ ਸਰਦੀ ਤੋਂ ਬਚਾ ਸੋ ਨਾ ਇਤਨੀ ਬੱਚੀਆਂ ਰਹਿ ਸੰ ਤਾਂ ਜੇ ਤੁਸੀਂ ਨਾ ਬਚਾ ਸੋ ਤਾਂ ਇਹ ਤੁਸੀਂ ਆਪਣੇ ਥੋੜੀ ਇਹ ਸਾਰੀ ਗੱਲ ਸਹੀ ਹੈ ਜਾਂ ਤਾਂ ਜ਼ਬਰਦਸਤ ਹੋਇਆ ਤੁਸੀਂ ਇੱਕ ਵਾਰੀ ਫੇਰ ਆਪਣਾ ਨੰਬਰ ਦਈ ਛੋ ਤਾਂ ਕਿ ਅਸਾਂ ਇਹ ਨੰਬਰ ਸਕਰੀਨਾਂ ਪਰ ਲਾਈ ਹੋਰਸਾਂ ਤਾਂ ਕਿ ਜਿਸ ਭਾਈ ਕੀ ਕੋਈ ਵੀ ਚੀਜ਼ ਬਕਰੀ ਕੋਈ ਚਾਹੀ ਨਹੀਂ ਵੈਨ ਤਾਂ ਉਸਾ ਨਰਾਤਾ ਕਰੀ ਨਾ ਤਾਂ ਇੱਕ ਵਾਰ ਨੰਬਰ ਆਪਣਾ ਫੇਰ ਬੋਲੀ ਛੋ 0344 9873717 ਭਾਈ ਉਹਨਾਂ ਨੰਬਰ ਵੀ ਲਿਖੀ ਨੇ 0 346 1086 584 اچھا ਇਹ ADNAN ਭਾਈ ਨੇ ਭਾਈ ਨੂੰ ਜੀ ਜਬਰਦਸਤ ਹੈ ਇਹ ਤੇ ਐਵਰੇਜ ਜੀ ਕੀਮਤਾਂ ਕੋਈ ਭਾਈ ਹੋੜੋ ਨਾ ਸਾਈ ਕਿ ਇਹ ਜੀ ਬੱਕਰੀਆਂ ਇਸ ਬੂੰਨ ਫਲਤੀ ਵੇਸ਼ ਨਹੀਂ ਕਰ ਕੋਈ ਕੀਮਤ ਹੈ ਇਹ ਬੱਕਰੀ ਸਰਕਾਰ ਲੱਭ ਜਿਵੇਂ 70000 ਰੁਪਏ ਹੈ ਇਸਨੀ ਉਮਰ ਕਿਆ ਇਹ ਉਮਰ ਇਸਨੀ ਤਕਰੀਬਨ 2 ਸਾਲ 2 ਸਾਲ ਆਇਆ ਮਤਲਬ ਬੱਕਰੀਆਂ ਦੀ ਰੇਂਜ ਕਿਆ ਕੁਥੇ ਜੀ ਆ ਕਿੰਨੇ ਤੋਂ ਕਿੰਦਾ ਕਿੰਨੇ ਹੋ ਜਾਂਦਾ ਸਰਕਾਰ ਸਾਡਾ ਕੋਲ ਬੱਕਰੀ 50000 ਤੋਂ ਕਿੰਨੀ ਤਾਂ 5 ਲੱਖ ਥੋੜੀ ਵੀ ਹੈ ਅਗਰ ਕੋਈ ਬੰਦੇ ਦੀ ਬਰੀਡਰ ਜਾਈ ਨਾ ਹੋਵੇ ਤਾਂ ਉਹ ਕੋਈ ਬਸ ਨੂੰ ਤੁਸਾਂ ਦੇ ਸੋ ਜਾਂ ਕੋਈ ਅਰੇਂਜ ਕਰੀ ਦੇ ਸੋ ਜਾਂ ਸਰਕਾਰ ਅਸਾਂ ਬਰੀਡਰ ਦੇ ਬਰੀਡਰ ਕੋਲ ਆ ਜਿਹੜਾ ਇਹ ਤਾਂ ਦੋ ਬਰੀਡਰ ਅਸਾਂ ਪੱਕੇ ਰੱਖੇ ਨੇ ਮਾਰੋ ਅਰੇਂਜ ਕਰੀ ਦੇ ਸਕਨੇ ਆ ਅਸਾਂ ਬਰੀਡਰ ਹੀ ਨਹੀਂ ਦੇ ਸਕਨੇ ਆ ਠੀਕ ਹੈ ਜ਼ਬਰਦਸਤ ਹੋਈ ਆ ठीक है बहुत बहुत शुक्रिया ना तु तुसान अ टाइम दिता तो इन शाला अन करीब फिर एक नवी वीडियो ना आते रोसा तो ठीक है जी बहुत बहुत शुक्रिया अल्लाह हाफिज उम्मीद है सारे भाइयें कि सारे वीडियो पसंद आई उस अगर तुझे तक सैनल चैनल जरा सब्सक्राइब नहीं किता तो सब्सक्राइब करी ताकि मजीद आने वाली वीडियोज़ जित पहुंची सोत शुक्रिया